बिस्मिल्लाहिर्रहमानिर्रहीम अस्सलामु अलैकुम वेख लियो तुसी करनाणा चैनल ते मैं तुहाडा मेज़बान आ गया इरफान भरावां वास्ते रोजाना दी नवीं दी नवीं वीडियो ला के आवीदा इंशाल्लाह उम्मीद करना कि वीडियो तुहाडे पसंद आउंदी है तुसी लाइक भी करदे हो शेयर भी करदे हो सब तों पहला अपने चैनल नूं करना सबसक्राइब ते बैल आइकन दा बटन जरूर दबाना ताकि साडी नवीं वीडियो जिहड़ी है तुहाडे तक आसानी पहुंच सके सिलसिलेवार वीडियो है जी जुमेरात दी तरीका ही बनती है दो नौवा महीना दो तरीक 2021 वार जुमेरात जिला तहसील गुजरात पिंड साहब लखो मदरसा गुजर की वीडियो है सारे भरावान की मेहरबानी है मुहब्बत है जेडे भरा वीडियो देखते हो कमेंट्स भी करते हो लाइक भी करते हो शेयर भी करते हो बाकी अपना अपना नसीब है शो जरा रंग बिरंगा हर वीडियो में हर भरा की कोशिश होती है कि चंगे तो चंगा जानवर जो वीडियो चलाइए बाकी करनाणे चैनल से तुम आप ही भरा बाखूबी वाकफ हो कि चंगे तो चंगा जानवर भी आता है और जी आज की वीडियो है जुमेरात की वो जी शौकीनी वीडियो होती है शौकीन जानवर ज्यादा होंगे ने अज भी तकरीबन 6 जानवर है विके ने जोड़े वो मैं मदरसर को पूछ लगा किन्ने विके ने जेड़े बाकी खड़े ने उन्हों का रेट ला लें और इंशाल्लाह तुहाडे सामने आ जाने जानवर मेरे आखण की भी जरूरत कोई पता लग जाएगा शौकीनी जानवर ने अगली गलबात जी इंशाल्लाह जो जो डंगर आवेगा वो देते वेख के तो गलबात कर लेंगे बाकी अल्लाह पाक ख्याल रखे जी जिते जिते भी भराया हो सदा खुश रहो आबाद रहो अल्लाह पाक तुहानू अपने सुलेमान विच रखे वीडियो शुरू करने आ अगली गलबात जी गुजर पुछनी आओ जी गुजर साहब चलो अल्हम्दुलिल्लाह भरावां नूं बहाने शो कराने शुरू करिए लियाओ जी बिस्मिल्लाह करो जी गां नंबर 1 की सुई है सुण वाली है भाई साहब सुई जे पहला सुआ जे 6 दांत जे मुंह चू पहला सुआ जी 6 दांत नस्ल की जे भाई साहब फ्रीजियन ते जर्सी फ्रीजियन ते जर्सी फ्रीजियन ते जर्सी की चवाई जे गां दी माशाल्लाह भाई साहब कल सुबह दी सुई जे जी ठण शण माशाल्लाह वेख लो सोहणी ने माशाल्लाह ठीक है जी साऊ है जी ये थले बोक दी ऐ वेखो ना सील किस तरह दी ਵੰਗਾ ਪਾਓ ਨਾ ਪਾਓ ਸ਼ਾਬਾਸ਼ ਜਿੰਦਾਬਾਦ ਮਗਰ ਬੱਚਾ ਕੀ ਸੀ ਉਹਨੇ ਵੀ ਬਾਈ ਨੇ ਪਹਿਲਣ ਹੋ ਗਏ ਵੇਖੋ ਨਾ ਹਾਈਟ ਬੈੜੀ ਦੀ ਹਾਈਟ ਵੀ ਚੰਗੀ ਹੈ ਰੰਗ ਮਾੜਾ ਰੰਗ ਵੀ ਸੋਹਣਾ ਤੇ ਫਿਰ ਲੰਬਾਈ ਵੀ ਢੇਰ ਸੋ ਜਿਹੜੇ ਅਗਲੀ ਵਾਰੀ ਸੋਹਣਾ ਸੀ ਇਨਸ਼ਾਅੱਲਾ 50 ਲੱਖਾਂ ਦੀ ਬੈੜੀ ਜਿੰਦਾਬਾਦ ਅੱਛਾ ਕੀ ਇਹਦਾ ਆਪਣਾ ਮੁੱਲ ਰੇਟ ਕੀ ਹੈ ਭਾਈ ਸਾਹਿਬ ਮੁੱਲ ਰੇਟ ਤੋਂ ਪਹਿਲਾਂ ਦੁੱਧ ਦੱਸੀਏ ਜਿਹੜਾ ਬੋਲਾ ਅਸੀਂ ਕੱਢਿਆ ਜਿਹੜਾ ਦੋਹਾਂ ਟਾਈਮਾਂ ਦਾ ਉਹ 16 ਕਿਲੋ ਆਇਆ ਜੀ 16 ਕਿਲੋ ਦੋ ਚੁਆਈਆਂ 16 ਕਿਲੋ ਦੋਹਾਂ ਟਾਈਮਾਂ ਦਾ ਠੀਕ ਹੈ ਜੀ ਕੀ ਬਾਤ ਹੈ ਸੂਆ ਪਹਿਲਾ ਜੇ ਮੂੰਹ ਜੂ ਦੰਦ ਜੇ 6 ਮਾਸ਼ਾਅੱਲਾ ਠੀਕ ਹੈ ਜੀ ਅੱਛਾ ਰੰਗ ਵੀ ਤੇ ਨਸਲ ਵੀ ਨਸਲ ਵੀ ਦੱਸ ਜੀ ਜਰਸੀ ਤੇ ਫਰੀਜ਼ੀਅਨ ਜ਼ਿੰਦਾਬਾਦ ਠੀਕ ਹੈ ਜੀ ਅੱਛਾ ਤੇ ਅੱਲਾ ਖੈਰ ਕਰੇ ਬਿਲਕੁਲ ਜਾਇਜ਼ ਦੀ ਗੱਲ ਹੋਵੇ ਦੀ ਜੇ ਕਿਸੇ ਭਰਾ ਦੇ ਪਸੰਦ ਆ ਗਈ ਤੇ 3,40,000 ਰੁਪਏ ਦੀ 3,40,000 ਜ਼ਿੰਦਾਬਾਦ ਲਿਆਓ ਜੀ ਮਾਸ਼ਾਅੱਲਾ ਗਾਂ ਨੰਬਰ ਲਿਆਓ ਜੀ 2 ਗਾਵਾਂ ਜਿਹੜਾ ਵੇਖ ਲੈਣੀਆਂ ਨੇ ਇੱਕ ਦੂਜੇ ਦੇ ਉੱਤੇ ਦਾਮ ਰੱਖਦੀਆਂ ਨੇ ਅਗਲੀ ਗੱਲਬਾਤ ਤੇ ਨਸੀਬ ਦੀ ਹੈ ਕਿ ਆ ਗਈ ਜੀ ਗਾਂ ਨੰਬਰ 2 ਬਾਕੀ ਸਾਰੇ ਜਾਨਵਰ ਸੋਹਣ ਵਾਲੇ ਨੇ ਹਾਂ ਫਿਰ ਕਿਹੜੀ ਆਈ ਜੀ ਸਾਹਿਬ ਸਾਈਵਾਲ ਤੇ ਫਰੀਜ਼ੀਅਨ ਸਾਈਵਾਲ ਫਰੀਜ਼ੀਅਨ ਸਾਈਵਾਲ ਤੇ ਫਰੀਜ਼ੀਅਨ ਸੂਆ ਜੇ ਦੂਜਾ ਜੀ ਰੰਗ ਵੀ ਵੇਖ ਲੈਣਾ ਜੇ ਗਾਂ ਦਾ ਠੀਕ ਹੈ ਸਾਰੇ ਵੀ ਗਾਂ ਦੇ ਵੇਖ ਲੈਣੇ ਸੂਆ ਦੂਜਾ ਹੈ ਸੂਆ ਦੂਜਾ ਜੀ ਪਾਵਰਫੁਲ ਖਾਣ ਹੈ ਠੀਕ ਹੈ ਜੀ ਚੰਗਾ ਸਾਬਤ ਥਾਂ ਦਿਹਾੜੇ ਜੀ 4-5 ਲੈਣੀ ਤੇ ਬੈਣੀ 4-5 ਤਰਾਸ ਤਗੜਾ ਸਾਈਵਾਲ ਵਾਲਾ ਬਹੁਤ ਚੰਗੀ ਸ਼ੈ ਹੋ ਜੀ ਵੀ ਸੋਹਣੀ ਠੀਕ ਹੈ ਮਾਸ਼ਾਅੱਲਾ ਤੇ ਕੀ ਗੱਲਬਾਤ ਗਾਂ ਦੀ ਫਿਰ ਫੇਰੀ ਹੋਏ ਅਸੂ ਕਰਕੇ ਚਿਹਰਾ ਵਸਾਈ ਤੇ ਭਰਾਉ ਸ਼ਕਲ ਵੀ ਵਹਾ ਦੇ ਸੁਆ ਦੂਜਾ ਲਾਂਦੀ ਕਿੰਨਾ ਕੋ ਡੰਗ ਕਰਦੀ ਹੈ ਭਾਈ ਸਾਹਿਬ 2-4 ਦਿਹਾੜੇ ਕੱਢੇ ਦੀ 2 4 ਕੱਢ ਜੇ 5 ਕੱਢ ਜੇ ਹੈ ਤੇ ਮਾਸ਼ਾਅੱਲਾ ਤਿਆਰ ਹੈ ਫਿਰ ਗੱਡੀ ਤੋਂ ਲੱਗੇ ਨਾ ਪਹਿਲਾਂ ਵੀ ਦਿਹਾੜੀ ਤੋਂ ਸੂ ਜਾਂਦੀ ਸਹੀ ਹੈ ਤੇ ਗੱਡੀ ਕਰ ਮਾਸ਼ਾਅੱਲਾ ਸੁਥਰੀ ਵੜੀ ਹੈ ਨਸਲ ਵੀ ਚੰਗੀ ਹੈ ਤਰਾਸ ਤਰਾਸ ਵੀ ਤਗੜਾ ਹੈ ਤੇ ਕੀ ਗੱਲ ਬਾਤ ਹੈ ਦੀ ਭਾਈ ਸਾਹਿਬ ਅਗਰ ਕਿਸੇ ਭਰਾ ਦੇ ਪਸੰਦ ਆ ਜੇ ਤੇ 3,55,000 ਦੀ ਵੜੀ ਦੇ ਸਕਦਾ 3,55,000 तहसील गुजरात पिंड साहब लखो
ਤਰੀਕ 2 ਵਾਰ ਜੁਮੇਰਾ ਅੱਜ ਸਾਹਿਬ ਇਹ ਜਿਹੜੀ ਗਾਂ ਜੇ ਨਾ ਦੁੱਧ ਕਿੰਨਾ ਦੱਸਿਆ ਗਿਆ 15 ਕਿਲੋ ਦੁੱਧ ਜੇ ਇਸ ਟਾਈਮ ਅਸੀਂ ਦੱਸਾਂ ਤੇ 14 ਕਿਲੋ ਦੋਹਾਂ ਟਾਈਮਾਂ ਦਾ ਹੈ 15 ਠੀਕ ਹੈ ਮਗਰ ਬੱਚਾ ਹੁਣ ਆ ਜਾ ਨਾੜੂ ਵੇਖ ਲਓ ਠੀਕ ਹੈ ਮਗਰ ਬੱਚਾ ਬੱਚਾ ਜੇ ਸਾਹੀਵਾਲ ਦੇ ਦੇਸੀ ਲਿਆ ਜੀ ਮੁੜਿਆ ਕੇ ਗਾਂ ਨੰਬਰ ਲਿਆ 3 4 ਇਹ ਖੋਲ ਲਿਆ ਬੱਚਾ ਛੱਡ ਦੇ ਗਾਂ ਨੰਬਰ 4 ਲਿਆ ਡੱਬੀ ਲਿਆ ਪਹਿਲਾਂ ਨੇ ਵੀ ਜੀ ਆਈ ਸਾਹਿਬ ਚੋਗੀ ਮੂੰਜੂ ਮੂੰਹ ਦੀ 4 ਦੰਦ ਪਹਿਲਾ ਸੂਆ ਠੀਕ ਹੈ ਦਿਹਾੜੇ ਲੈਂਦੀ ਜੇ 12 ਦਿਨ ਲੈਂਦੀ ਹੈ 12 ਠੀਕ ਹੈ ਜੀ ਜ਼ਿੰਦਾਬਾਦ ਚੋਲਸਤਾਨੀ ਤੇ ਫਰੀਜ਼ੀਅਨ ਚੋਲਸਤਾਨੀ ਤੇ ਫਰੀਜ਼ੀਅਨ ਚੋਲਸਤਾਨੀ ਤੇ ਫਰੀਜ਼ੀਅਨ ਵੈੜੀ ਵੇਖ ਲੈਣੀ ਹੈ ਕੋਈ ਸਹੀ ਤਰ੍ਹਾਂ ਮਾਸ਼ਾਅੱਲਾ ਸਹੀ ਵੈੜੀ ਸਾਡੇ ਕੋਈ ਵਜੋ ਉਸ ਪਾਸ ਦੀ ਹੋਵੇ ਚੋਲਸਤਾਨੀ ਤੇ ਫਰੀਜ਼ੀਅਨ ਉਹ ਵੇਖੋ ਨਾ ਇੰਜ ਦੀ ਸੀਲ ਹੈ ਛੱਡ ਦੇ ਕਿਆ ਬਾਤ ਹੈ ਮਾਸ਼ਾਅੱਲਾ ਜੀ ਕਿੰਨੇ ਕੋ ਡੰਗ ਕੱਢਦੀ ਹੈ ਅੱਜ ਸਾਹਿਬ ਦਿਹਾੜੇ ਜੀ ਲੈ ਜੇ ਦੀ ਤਕਰੀਬਨ 12-13 12-13 ਮੂੰਹ ਦੀ ਚੋਗੀ ਜੀ ਮੂੰਹ 'ਚ 4 ਦੰਦ ਸੂਆ ਪਹਿਲਾਂ ਅਤੇ ਫਰੀਜ਼ੀਅਨ ਅਤੇ ਚੋਲਸਤਾਨ ਚੋਲਸਤਾਨ ਠੀਕ ਹੈ ਲੇਕਿਨ ਵੈੜੀ ਦੇ ਬੁੱਲੇ ਵੇਖੋ ਨਾ ਕੀ ਸੋਹਣੇ ਜੀ ਮਾਸ਼ਾਅੱਲਾ ਵੇਲਾ ਦੇ ਲਿਬਾਸ ਸੋਹਣਾ ਬਣਾਏ ਜੀ ਅੱਛਾ ਕੀ ਗੱਲਬਾਤ ਹੈ ਜੀ ਗੱਲਬਾਤ ਅੱਜ ਸਾਹਿਬ ਜੀ ਅਗਲੀ ਵੀਡੀਓ 'ਚ ਇਨਸ਼ਾਅੱਲਾ ਸੁਣਾਂਗੇ ਜੀ ਗਾਂ ਕੱਚੀ ਹੈ ਸਾਰੇ ਕਿੰਨੇ ਕੁ ਦਿਹਾੜੇ ਕੱਢਦੀ ਹੁਣ ਦੱਸਿਆ 12-13 ਦਿਹਾੜੇ ਜੀ 12-13 ਮੇਰਾ ਦਿਲ ਨਾ ਧਰ ਦਿਓ ਥੋੜ੍ਹਾ ਜਿਹਾ ਨਾ ਹੁਣ ਅਗਲੀ ਵਾਰੀ ਇਨਸ਼ਾਅੱਲਾ ਧਰ ਠੀਕ ਹੈ ਜੀ ਕਿੰਨੀਆਂ ਹੋ ਗਈਆਂ 5 ਲਿਆ ਜੀ ਆ 6 ਨੰਬਰ ਗਾਂ ਆਖਰੀ ਵਿਨਰ ਗਾਂ ਹੈ ਰੇਟ ਵਾਲੀ 5ਵੀਂ ਜਾਂ 5ਵੀਂ ਹੈ ਨਾ 6 ਤਾਂ ਹੋ ਗਈਆਂ ਨਾ ਇੱਕ ਤਾਂ ਵਿੱਚੀ ਖੜੀ ਹੈ ਆਖਰੀ ਰੇਟ ਵਾਲੀ 5ਵੀਂ ਜਿਹੜੀ ਗਈ ਹੈ ਉਹ ਚਲੋ ਬਾਅਦ ਹੀ ਪੁੱਛਦੇ ਹਾਂ ਆਹ ਟੋਰ ਮੁੜਿਆ ਗਾਂ ਗਾਂ ਇੱਕ ਵਾਰੀ ਹਾਜੀ ਰੱਖ ਖਾ ਸਹੀ ਤਰ੍ਹਾਂ ਹਾਂ ਜੀ ਲੰਮੀ ਟੋਰ ਡੱਚ ਚੋਲਸਤਾਨ ਕੀ ਹੈ ਜੀ ਬਿਲਕੁਲ ਆਈ ਸਾਹਿਬ ਤੁਹਾਨੂੰ ਵੀ ਪਤਾ ਲੱਗ ਹੀ ਗਏ ਹੈ ਨਹੀਂ ਕੋਈ ਨਹੀਂ ਪਤਾ ਕੋਈ ਨਹੀਂ ਮੈਂ ਤਾਂ ਵੀ ਦਰਾਣੀ ਹੁੰਦੀ ਹੈ ਡੱਚ ਅਤੇ ਚੋਲਸਤਾਨੀ ਜੀ ਠੀਕ ਹੈ ਸੂਆ ਗਾਂ ਦੇ ਸੋਹਣਾ ਜੀ ਤੀਸਰਾ ਠੀਕ ਹੈ ਠੀਕ ਹੈ ਜੀ ਸਹੀ ਹੈ ਦੂਜਾ ਵੀ ਮੈਂ ਦੱਸ ਸਕਣਾ ਜ਼ਿੰਦਾਬਾਦ ਲੇਕਿਨ ਗਾਂ ਦੀ ਹਾਈਟ ਲੰਬਾਈ ਸਾਰੀ ਇੱਕ ਵਾਰੀ ਸਹੀ ਤਰ੍ਹਾਂ ਹਾਈਟ ਫਿਰ ਚੋਲਸ ਆਪਣਾ ਡੱਚ ਦੀ ਤੇ ਹਾਈਟ ਤੇ ਹੁੰਦੀ ਹੈ ਹਾਂਜੀ ਠੀਕ ਹੈ ਅੱਛਾ ਅਤੇ ਨਾਲ ਚੋਲਸਤਾਨੀ ਵੀ ਕਰ ਗਈ ਹੈ ਨਾ ਕ੍ਰਾਸ ਤਗੜਾ ਕ੍ਰਾਸ ਹੋ ਜਾਂਦਾ ਅੱਜ ਸਾਹਿਬ ਗਾਂ ਨੇ ਤੀਜਾ ਸੂਆ ਸੋਹਣਾ ਜੇ ਠੀਕ ਹੈ ਲੇਕਿਨ ਇੱਕ ਗੱਲ ਹੁੰਦੀ ਹੈ ਝੂਠ ਦੀ ਜੀ ਇੱਕ ਹੁੰਦੀ ਹੈ ਸੱਚ ਦੀ ਜੀ ਸੱਚ ਨਾਲ ਗੱਲ ਹਕੀਕਤ 45 ਕਿਲੋ ਦੁੱਧ ਗਾਂ ਦਿੰਦੀ ਦੀ ਦੋ ਸੂਏ ਨੂੰ ਨਾਲੇ ਐਡੇ ਡੰਗਰ ਰੁਕੇ ਆ ਤਰੇ ਟਾਈਮ ਦੀ ਚੁਆਈ ਠੀਕ ਹੈ ਜੀ ਅੱਛਾ 45 ਕਿਲੋ ਗਾਂ ਦੁੱਧ ਦਿੰਦੀ ਦੀ ਜੇ ਤੇ ਅਜੇ 1 ਮਿੰਟ ਖਲੋ ਜਾ ਇਹ ਵੇਖੋ ਨਾ ਅਜੇ ਗਾਂ ਨੂੰ ਕੋਈ ਪਤਾ ਨਹੀਂ ਸੋਣ ਕਿੰਨੇ ਕੁ ਦਿਹਾੜੇ ਕੱਢਦੀ ਹੈ ਅਜੇ ਕੱਚਾ ਪਾਣੀ ਦੇ ਵਿੱਚ ਦੁੱਧ ਵੀ ਨਹੀਂ ਬਣਿਆ ਇਹ ਵੇਖੋ ਅਜੇ ਕੱਚਾ ਪਾਣੀ ਆਈ ਸਾਹਿਬ ਦਿਸਦਾ ਪਿਆ ਜੇ ਜਾ ਅਜੇ ਦੁੱਧ ਨਹੀਂ ਬਣਿਆ ਠੀਕ ਹੈ ਇਹ ਵੇਖੋ ਗੂੰਦ ਠੀਕ ਹੈ ਅਜੇ ਮਾਸ਼ਾਅੱਲਾ ਗਾਂ ਨੂੰ ਪਤਾ ਹੀ ਕੋਈ ਨਹੀਂ ਇਹਦੇ 15 ਤਰੀਕ ਨੂੰ ਦਿਨ ਪੂਰੇ ਜੇ ਅੱਜ 2 ਤਰੀਕ ਅੱਜ 2 ਹੈ ਅਤੇ ਕੀ ਮੁੱਲ ਲਾਉਣਾ ਜਿਹੜਾ ਮੁੱਲ ਵੀ ਲਾਉਂਦੇ ਹਾਂ ਇਹਨੂੰ ਜਿਹੜਾ ਉਹਨਾਂ ਸਿਮਨ ਧਰਾਇਆ ਜਿਹਨੇ ਟੀਕਾ ਉਹ ਵੱਛੀ ਵਾਲਾ ਜੀ ਠੀਕ ਹੈ ਪੱਕੀ ਪੀਡੀ ਗੱਲ ਸਾਈਆਂ ਸਾਨੂੰ ਆਖਿਆ ਵੀਡੀਓ ਵਿੱਚ ਵੀ ਦੱਸ ਛੜੀਓ ਬਟ ਟੀਕਾ ਅਸੀਂ ਵੱਛੀ ਵਾਲਾ ਧਰਾਇਆ ਚਲੋ ਤਰੇ ਟਾਈਮ ਦੀ ਚੁਆਈ 45 ਕਿਲੋ ਦੁੱਧ ਨਾਲੇ ਐਡੇ ਡੰਗਰ ਰੁਕੀ ਦਾੜੀ ਚਲੋ ਕੀ ਆ ਰਿਹਾ ਟਾਈਮਾਂ ਦਾ ਲੇਕਿਨ ਗੱਲ ਉਹ ਕਰਨੀ ਚਾਹੀਦੀ ਜਿਹੜੀ ਗਲਤੀ ਮਿਲਦੀ ਹੈ ਫਜ਼ੂਲ ਗੱਲ ਦਾ ਫਾਇਦਾ ਕੋਈ ਨਹੀਂ ਪੂਰੇ 5 ਲੱਖ ਦੀ ਵੈੜੀ ਦੇ ਸਕਦਾ ਪੂਰੇ 5 ਜ਼ਿੰਦਾਬਾਦ ਬਾਈ ਮਾਸ਼ਾਅੱਲਾ ਕੀ ਬਾਤ ਹੈ
ਕਿਹੜੀ ਜਗ੍ਹਾ ਜਾਣੀ ਜੀ? ਅੱਜ ਸਾਹਿਬ ਮੈਂ ਗਾਂ ਜਾਣੀ ਜੀ ਸਾਰੋਕੀ। ਸਾਰੋਕੀ ਜ਼ਿਲ੍ਹਾ ਗੁਜਰਾਤ, ਤਹਿਸੀਲ ਵੀ ਗੁਜਰਾਤ ਦੀ, ਪਿੰਡ ਸਾਰੋਕੀ। ਇਜਾਜ਼ ਨੰਬਰ ਦਾ ਬਿਲਕੁਲ ਅੱਗੇ ਖੜੀਆਂ ਤਾਂ ਹੀ ਆਏ ਨੇ ਨਾ। ਕੀ ਨਸਲ ਕੀ ਆ ਗੁਜਰਾਤ ਦੀ? ਅੱਜ ਸਾਹਿਬ ਗਾਂ ਜੇ ਨਾ ਓਲਡ ਜੀ ਨਸਲ ਜੀ, ਠੀਕ ਹੈ। ਇਹ ਅਮੈਰੀਕਨ ਜਰਸੀ ਜੇ, ਅਮੈਰੀਕਨ ਜਰਸੀ। ਅੱਛਾ, ਅਤੇ ਅੱਜ ਸਾਹਿਬ ਇਹ ਜਿਹੜੀ ਗਾਂ ਜੇ ਨਾ, ਇਹਦੇ ਦਿਹਾੜੇ ਆਈ 14-15 ਇਹਦੇ ਵੀ ਰਹਿੰਦੇ। ਸਹੀ ਹੈ। ਸੂਆ ਕੀ ਲਾਉਣਾ? ਸੂਆ ਦੂਜਾ ਪੱਕਾ ਪੱਕਾ। ਅੱਛਾ, ਕਿੰਨੇ ਦੀ ਵਿਕੀ ਜੇ? ਅੱਜ ਸਾਹਿਬ ਵਿਕੀ ਛਿੱਕੀ ਕੋਈ ਨਹੀਂ ਜੇ ਜੀ। ਉਹ ਬਸ ਉਹ ਆ ਗਏ ਨੇ ਗਾਂ ਸਾਡੀ ਵਿਖਾ ਦਿਓ ਵੀਡੀਓ ਵੀਡੀਓ 'ਚ, ਠੀਕ ਹੈ। ਅਸੀਂ ਉਹਨਾਂ ਨੂੰ ਆਖਿਆ ਗਾਂ ਸਾਡੀ ਜੇ 4 ਔਰ ਰੁਪਈਆ ਸੱਟ ਕੇ ਜੇ 3,70,000 ਦਾ। ਚਲੋ ਜੀ, ਅੱਲਾ ਪਾਕ ਨਸੀਬ ਕਰੇ ਉਹਨਾਂ ਦੇ ਨੰਬਰ ਦਾ ਆਵੇ। ਯਾਦ ਨੰਬਰਦਾਰ ਪਿੰਡ ਉਹ ਦੂਜੀ ਜਿਹੜੀ ਗਈ ਉਹ ਕਿਹੜੀ ਜਗ੍ਹਾ ਗਈ? ਗਈ ਦੇ ਧਾਮੇ ਫੈਸਲ ਕੋਲ ਜੀ। ਫੈਸਲ ਲੈ ਗਿਆ ਜੇ, ਉਹ ਜੋ ਮਾਲ ਲੈ ਰਾਤੀ ਉਹ ਆ ਕੇ ਗਾਂ ਲੈ ਗਿਆ ਫੈਸਲ। ਨਾਲੇ ਸਲਾਮ ਦੇ ਗਿਆ। ਵਾਲੇਕੁਮ ਸਲਾਮ ਜੀ। ਨਾਲੇ ਭਾਈ ਯਾਦ ਨੰਬਰਦਾਰ ਵੀ ਤੁਹਾਨੂੰ ਸਲਾਮ ਦੇ। ਵਾਲੇਕੁਮ ਸਲਾਮ ਜੀ, ਸਾਡੀ ਤਰਫੋਂ ਵੀ ਸਲਾਮ ਹੈ ਜੀ। ਹੋਰ ਕੋਈ? ਅਲਹਮਦੁਲਿਲਾ ਸਭ ਖੈਰ, ਸਭ ਅੱਛਾ ਜੀ, ਸ਼ੁਕਰ। ਕੋਈ ਮੈਸੇਜ? ਸਲਾਮ ਸਾਰੇ ਭਰਾਵਾਂ ਨੂੰ ਸਲਾਮ। ਠੀਕ ਹੈ। ਲਓ ਜੀ, ਅੱਲਾ ਪਾਕ ਖੈਰ ਕਰੇ, ਖੈਰ ਦੀ ਲੋੜ ਹੈ, ਤੰਦਰੁਸਤੀ ਦੇ ਜੇ। ਜਿੱਥੇ ਜਿੱਥੇ ਭਰਾ ਤੁਸੀਂ ਵਸਦੇ ਹੋ, ਸ਼ਾਦ ਅਤੇ ਆਬਾਦ ਰਹੋ। ਅੱਲਾ ਪਾਕ ਤੁਹਾਨੂੰ ਆਪਣੇ ਹਿਸਾਬ ਇਮਾਨ ਵਿੱਚ ਰੱਖੇ, ਸਿਹਤ ਦੇ ਜੇ, ਇਮਾਨ ਵਾਲੀ ਤਾਂ ਸਿਹਤ ਵਾਲੀ ਲੰਮੀ ਜ਼ਿੰਦਗੀ ਅੱਲਾ ਤਾਲਾ ਤੁਹਾਨੂੰ। ਮੁਲਕ ਪਾਕਿਸਤਾਨ ਦੇ ਬਾਹਰ ਆਦਮੀ ਨੂੰ ਅੱਲਾ ਪਾਕ ਸਲਾਮਤ ਰੱਖੇ ਆ ਦੀ ਦੁਨੀਆ ਤੱਕ। ਜਿੱਥੇ ਜਿੱਥੇ ਭਰਾ ਵੀਡੀਓ ਵੇਖਦੇ ਹੋ, ਕਮੈਂਟਸ ਵੀ ਕਰਦੇ ਹੋ, ਲਾਈਕ ਵੀ ਕਰਦੇ ਹੋ, ਸ਼ੇਅਰ ਵੀ ਕਰਦੇ ਹੋ, ਅਤੇ ਭਰਾਵਾਂ ਦੀ ਮੁਹੱਬਤ ਇਨਸ਼ਾਅੱਲਾ ਅਗਲੀ ਵੀ ਦੇ ਨਾਲ ਫਿਰ ਮੁਲਾਕਾਤ ਕਰਦੇ ਹਾਂ। ਨਾਰੇ ਦੀ ਆਵਾਜ਼ ਆਵੇ ਜੀ, ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ ਪਾਕਿਸਤਾਨ।